ਕਿੰਨੇ ਕੁ ਪੈਸਿਆਂ ਦੇ ਵਿੱਚ ਵੀਜ਼ਾ ਲਗਵਾ ਕੇ ਦਿੱਤਾ ਕਿੰਗਡਮ ਕੰਸਲਟੈਂਟ? ਇਹ ਸਾਡਾ 3 ਤੋਂ 3.5 ਦੇ ਵਿੱਚ ਖਰਚਾ ਲੱਗ ਗਿਆ ਜੀ। 3 ਤੋਂ 3.5 ਲੱਖ ਸਿਰਫ ਬੱਚੇ ਦਾ ਲੱਗਿਆ, ਇਕੱਲੇ ਦਾ ਜਾਂ ਕਿਵੇਂ? ਨਹੀਂ, ਸਾਡੇ ਤਿੰਨਾਂ ਦਾ ਹੀ ਲੱਗਿਆ। ਅੱਛਾ, ਤੁਹਾਡੇ ਤਿੰਨਾਂ ਦਾ ਵੀਜ਼ਾ ਹੀ 3.5 ਲੱਖ 'ਚ ਲਗਵਾ? ਹਾਂਜੀ ਹਾਂਜੀ। 3.5-3.5 ਲੱਖ ਦੇ ਵਿੱਚ ਟਿਕਟਾਂ ਵੀ ਨਹੀਂ ਆਉਂਦੀਆਂ ਹੈਗੀਆਂ ਇਕੱਲੀਆਂ? ਬਿਲਕੁਲ ਬਿਲਕੁਲ ਜੀ, ਬਿਲਕੁਲ। ਅੱਜ ਕੱਲ੍ਹ ਤਾਂ ਵੈਸੇ ਹੀ ਮੇਰੇ ਖਿਆਲ ਇੱਕ 80 ਦੇ ਲਾਗੇ ਪਾਸੇ 2 ਲੱਖ ਦੀ ਟਿਕਟ ਹੋ ਰਹੀ ਆ, ਅਤੇ ਇੰਨੇ 'ਚ ਸਾਡੇ ਵੀਜ਼ੇ ਆ ਰਹੇ ਨੇ। ਬਹੁਤ ਫਰਕ ਆ ਜੀ, ਅਤੇ ਖੁਸ਼ੀ ਵੀ ਆ ਕਿ ਚਲੋ ਸਾਡਾ ਇੰਨੇ 'ਚ ਸਾਡਾ ਬਣ ਗਿਆ। ਨਹੀਂ ਤਾਂ ਲੋਕ 20-20 ਲੱਖ 25-25 ਲੱਖ ਚੱਕੀ ਕਰਦੇ ਨੇ, ਨਹੀਂ ਵੀ ਆਉਂਦੇ ਤਾਂ ਵੀ ਨਹੀਂ ਆਉਂਦੇ। ਅਤੇ ਚਲੋ, ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਘੱਟ ਪੈਸਿਆਂ 'ਚ ਵੀ ਆ ਗਏ। PR ਵਗੈਰਾ ਹੋਣਾ ਹੋਵੇ, ਉਹ ਕਿੰਨਾ ਕੁ ਈਜ਼ੀ ਆ ਜਾਂ ਕਿੰਨਾ ਕੁ ਡਿਫੀਕਲਟ ਹੈ ਇਸ ਦੇ ਵਿੱਚ? PR ਤਾਂ ਸਰ ਦੇਖੋ, 2 ਸਾਲ ਤੁਹਾਨੂੰ ਉੱਥੇ ਰੈਗੂਲਰੀ ਰਹਿਣਾ ਪੈਂਦਾ ਹੈ, ਗਵਰਨਮੈਂਟ ਨੂੰ ਟੈਕਸ ਪੇ ਹੋਵੇਗਾ, ਬੱਚਿਆਂ ਦੀ ਫੀਸਿਸ ਰੈਗੂਲਰੀ ਜਾਣਗੀਆਂ, ਸਟੱਡੀ 'ਚ ਕੋਈ ਗੈਪ ਨਾ ਹੋਵੇ, ਉਸ ਬਿਹਾਫ 'ਤੇ ਪੇਰੈਂਟਸ ਜਿਹੜੇ ਨੇ ਬੱਚੇ ਦੀ PR 2 ਸਾਲ ਬਾਅਦ ਅਪਲਾਈ ਕਰ ਸਕਦੇ ਨੇ, ਆਪਣੀ ਵੀ PR ਅਪਲਾਈ ਕਰ ਸਕਦੇ ਨੇ। ਜੇ ਬੱਚਾ ਸਪੋਜ਼ ਕਰੋ 4th ਕਲਾਸ ਜਾਂ 5th ਕਲਾਸ 'ਚ ਪੜ੍ਹ ਰਿਹਾ, ਤਾਂ ਉੱਥੇ ਜਾ ਕੇ ਉਹਨੂੰ ਕਿਹੜੀ ਕਲਾਸ 'ਚ ਸਟੱਡੀ ਕਰਨੀ? ਹਜੇ ਫਿਲਹਾਲ ਉਹ ਇੱਥੇ 2nd ਕਰ ਰਿਹਾ ਅਤੇ ਉੱਥੇ 3rd ਕਲਾਸ ਵਿੱਚ ਜਾਏਗਾ ਜੀ। ਨਹੀਂ, ਜਿਹੜੀ ਕਲਾਸ ਕਰਦਾ ਹੈ ਬੱਚਾ, ਉਹ ਤੋਂ 2nd ਕਲਾਸ ਵਿੱਚ ਉੱਥੇ ਐਡਮਿਸ਼ਨ ਹੁੰਦੀ ਆ। ਕਿੰਨੇ ਕੁ ਪੈਸੇ ਲੈ ਲਏ ਇਹਨਾਂ ਨੇ ਫਿਰ ਵੀਜ਼ਾ? 6.5 ਲੱਖ ਲੱਗਿਆ ਸਾਲ ਦਾ ਵੀਜ਼ਾ। ਕਿਸੇ ਦੀਆਂ 4 ਵੀ ਹੁੰਦੀਆਂ, 5 ਵੀ ਹੁੰਦੀਆਂ, ਕਿੰਨੀਆਂ ਕੁ ਅਸੈਪਟੇਬਲ ਨੇ ਤੁਹਾਡੇ? ਦੇਖੋ ਸਰ, ਟੂਰਿਸਟ ਵਿਜ਼ਟਰ ਦੀਆਂ ਚਾਹੇ ਉਹਨਾਂ ਦੀਆਂ 5-6 ਰਿਫਿਊਜ਼ਲਾਂ ਹੋਣ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜਿਹੜਾ ਸਟੱਡੀ ਵੀਜ਼ਾ ਹੁੰਦਾ ਹੈ, ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਗਰ ਉਹਨਾਂ ਦੀ ਪਹਿਲਾਂ ਕੋਈ ਰਿਫਿਊਜ਼ਲ ਹੋਵੇ। ਸੋ ਸਟੱਡੀ ਵੀਜ਼ਾ ਦੇ ਵਿੱਚ ਵੀ ਅਗਰ ਤੁਹਾਡੀ 3 ਰਿਫਿਊਜ਼ਲਸ ਹੈਗੀਆਂ ਨੇ, ਅਸੈਪਟਡ ਹੈ, ਉਸ ਤੋਂ ਬਾਅਦ ਨਹੀਂ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ। ਲੋਕ ਕਹਿ ਰਹੇ ਆ ਕਿ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਨੇ, ਕੈਨੇਡਾ ਨੇ ਰੂਲਸ ਚੇਂਜ ਕਰ ਦਿੱਤੇ ਨੇ, ਪਰ ਅੱਜ ਅਸੀਂ ਪਹੁੰਚੇ ਹਾਂ ਫਿਰ ਤੋਂ ਇੱਕ ਵਾਰ ਕਿੰਗਡਮ ਕੰਸਲਟੈਂਟ ਜਲੰਧਰ ਵਾਲਿਆਂ 'ਤੇ, ਜਿੱਥੇ ਛੋਟੇ ਛੋਟੇ ਬੱਚਿਆਂ ਦੇ ਨਾਲ ਪੂਰੀ ਫੈਮਿਲੀ ਦਾ ਵੀਜ਼ਾ ਆ ਰਿਹਾ। ਤਾਂ ਗੱਲਬਾਤ ਕਰ ਲੈਂਦੇ ਹਾਂ, ਆਰਤੀ ਹੋਣੀ ਸਾਡੇ ਨਾਲ ਮੌਜੂਦ ਨੇ। ਕਿਸ ਤਰ੍ਹਾਂ ਵੀਜ਼ੇ ਲਗਵਾਈ ਜਾਂਦੇ ਨੇ? ਲੋਕ ਕਹਿੰਦੇ ਆ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰਤੇ। ਮੈਮ ਸਵਾਗਤ ਹੈ D5 ਚੈਨਲ ਪੰਜਾਬੀ। ਹੈਲੋ ਸਰ। ਲੋਕ ਕਹਿੰਦੇ ਆ ਕੈਨੇਡਾ ਵੀਜ਼ੇ ਨਹੀਂ ਦੇ ਰਿਹਾ, ਕੈਨੇਡਾ ਨੇ ਰੂਲਸ ਚੇਂਜ ਕਰਤੇ। ਤੁਸੀਂ ਕਹਿੰਦੇ ਹੋ ਵੀਜ਼ੇ 'ਤੇ ਵੀਜ਼ੇ ਆ ਰਹੇ ਲਗਾਤਾਰ, ਥੋੜ੍ਹੇ ਦਿਨ ਪਹਿਲਾਂ ਅਸੀਂ ਤੁਹਾਡੇ ਕੋਲ ਪਹੁੰਚੇ ਸੀ, ਉਦੋਂ ਵੀ ਤੁਸੀਂ 2-3 ਫੈਮਲੀਆਂ ਦੇ ਵੀਜ਼ੇ ਲਗਵਾਏ ਸੀ, ਅੱਜ ਫਿਰ ਤੁਸੀਂ ਛੋਟੇ ਬੱਚੇ ਦੇ ਨਾਲ ਅੱਜ ਫਿਰ ਇੱਕ ਫੈਮਿਲੀ ਲਈ ਖੜੇ ਹੋ, ਕੀ ਕਾਰਨ ਹੈ, ਕਿਵੇਂ ਪੋਸੀਬਲ ਹੈ ਇਹ? ਅੱਜ ਕੱਲ੍ਹ ਸਰ ਮਾਈਨਰ ਚਾਈਲਡ ਦੇ ਵੀਜ਼ੇ ਜਿਹੜੇ ਨੇ ਕਾਫੀ ਜ਼ਿਆਦਾ ਹੁਣ ਆ ਰਹੇ ਨੇ, ਰਿਜ਼ਲਟਸ ਬਹੁਤ ਵਧੀਆ ਆ ਰਿਹਾ। ਪਹਿਲਾਂ ਹੁੰਦਾ ਸੀ ਸਕੂਲਿੰਗ ਵੀਜ਼ਾ ਜਿਹੜੇ ਨਹੀਂ ਹੁੰਦੇ ਸੀਗੇ, ਆਇਲਸ ਵਾਲੇ ਬੱਚੇ ਹੀ ਸਿਰਫ ਜਾ ਸਕਦੇ ਸੀ। ਸੋ ਹੁਣ ਕੈਨੇਡੀਅਨ ਗਵਰਨਮੈਂਟ ਨੇ ਨਵਾਂ ਰੂਲ ਸਟਾਰਟ ਕੀਤਾ ਜਿਹਦੇ 'ਚ ਮਾਈਨਰ ਸਟੱਡੀ ਵੀਜ਼ਾ, ਸਕੂਲਿੰਗ ਵੀਜ਼ਾ, ਜਿਹਦੇ 'ਚ ਮਾਈਨਰ ਚਾਈਲਡ ਵੀ ਆਪਣੇ ਪੇਰੈਂਟਸ ਦੇ ਨਾਲ ਬੱਚਾ ਉੱਥੇ ਆਪਣੀ ਸਟੱਡੀ ਕਰ ਸਕਦਾ, ਜਿਹਦੇ ਕਰਕੇ ਹੁਣ ਲੋਕਾਂ ਨੂੰ ਪਹਿਲਾਂ ਨਹੀਂ ਪਤਾ ਸੀਗਾ ਅਤੇ ਇੰਨੇ ਜ਼ਿਆਦਾ ਨਹੀਂ ਲੋਕ ਅਪਲਾਈ ਕਰਵਾਉਂਦੇ ਸੀ। ਹੁਣ ਕਾਫੀ ਜ਼ਿਆਦਾ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮਾਈਨਰ ਸਕੂਲਿੰਗ ਵੀਜ਼ਾਸ ਵੀ ਹੁੰਦੇ ਨੇ। ਸੋ ਜਿਵੇਂ ਜਿਵੇਂ ਉਹ ਸੁਣਦੇ ਨੇ ਅਤੇ ਦੈਨ ਉਹ ਅਪਲਾਈ ਕਰਵਾਉਂਦੇ ਨੇ, ਸੋ ਹੁਣ ਸਾਡੇ ਕੋਲ ਰਿਜ਼ਲਟਸ ਬਹੁਤ ਵਧੀਆ ਆ ਰਹੇ ਨੇ। ਮਾਈਨਰ ਸਟੱਡੀ ਵੀਜ਼ਾ ਹੁੰਦਾ ਕੀ ਹੈ, ਕਿੰਨੇ ਕੁ ਏਜ ਚਾਹੀਦੀ ਹੈ ਉਸ ਦੇ ਵਿੱਚ ਬੱਚੇ ਦੀ, ਜੇ ਬੱਚੇ ਦੀ ਇੰਨੀ ਕੁ ਏਜ ਹੋਣੀ ਚਾਹੀਦੀ ਹੈ ਅਤੇ ਉਹਦੀ ਸਟੱਡੀ ਐਜੂਕੇਸ਼ਨ ਹੈ ਜਿਹੜੀ ਉਹ ਕਿੰਨੀ ਕੁ ਹੋਣੀ ਚਾਹੀਦੀ ਹੈ? ਬੱਚੇ ਦੀ ਜਿਹੜੀ ਏਜ ਹੈ ਹੁਣ 3 ਤੋਂ 19 ਸਾਲ ਤੱਕ ਦਾ ਬੱਚਾ ਜਿਹੜਾ ਹੈ ਉਹ ਜਾ ਸਕਦਾ ਹੈ ਕੈਨੇਡਾ ਆਪਣੀ ਸਟੱਡੀ ਕਰਨ ਲਈ, ਕਿਉਂਕਿ ਹੁਣ ਪਹਿਲਾਂ ਹੁੰਦਾ ਸੀ 4 ਤੋਂ 17 ਸਾਲ ਤੱਕ ਦੀ ਏਜ ਦੇ ਬੱਚੇ ਜਾ ਸਕਦੇ ਸੀ, ਲੇਕਿਨ ਹੁਣ ਰੂਲਸ ਚੇਂਜ ਹੋਏ ਨੇ, 3 ਤੋਂ 19 ਸਾਲ ਤੱਕ ਦਾ ਬੱਚਾ ਜਿਹੜਾ ਉਹ ਕੈਨੇਡੀਅਨ ਸਟੱਡੀ ਕਰਨ ਵਾਸਤੇ ਅਪਲਾਈ ਕਰਵਾ ਸਕਦਾ ਹੈ।
ਉਸਦੇ ਨਾਲ ਬੱਚੇ ਦੇ ਨਾਲ ਪੇਰੈਂਟਸ ਦਾ ਵੀਜ਼ਾ ਕਿਵੇਂ ਆ, ਉਹ ਜ਼ਰੂਰੀ ਲੱਗ ਜਾਂਦਾ ਜਾਂ ਉਹਦਾ ਅਲੱਗ ਤੋਂ ਕੁਛ ਡਾਕੂਮੈਂਟਸ ਹੋਰ ਹੁੰਦੇ ਆ, ਜਾਂ ਇਕੱਲੇ ਬੱਚੇ ਦਾ ਹੀ ਲੱਗਦਾ ਜਾਂ ਪੇਰੈਂਟਸ ਦਾ ਨਾਲ ਲਗਵਾ ਦਿੰਦੇ? ਨਹੀਂ, ਪੇਰੈਂਟਸ ਦਾ ਨਾਲ ਜਾਣਾ ਕੰਪਲਸਰੀ ਹੁੰਦਾ ਹੈ, ਚਾਹੇ ਕੋਈ ਸਿੰਗਲ ਪੇਰੈਂਟ ਚਲਾ ਜਾਏ, ਬਿਕੋਜ਼ ਮਾਈਨਰ ਚਾਈਲਡ ਇਕੱਲਾ ਟਰੈਵਲ ਨਹੀਂ ਕਰ ਸਕਦਾ, ਏਅਰਪੋਰਟ 'ਤੇ ਬੱਚੇ ਨੂੰ ਨਹੀਂ ਐਂਟਰੀ ਕੀਤੀ ਜਾਏਗੀ ਅਗਰ ਬੱਚਾ ਅਡਲਟ ਨਹੀਂ ਹੈਗਾ। ਸੋ ਉਹਦੇ ਕਰਕੇ ਪੇਰੈਂਟਸ ਕਿਸੇ ਕੋਈ ਵੀ ਪੇਰੈਂਟ ਚਲ ਜਾਏ, ਚਾਹੇ ਫਾਦਰ ਚਲੇ ਜਾਣ ਚਾਹੇ ਮਦਰ ਚਲੇ ਜਾਣ, ਐਜ਼ ਅ ਗਾਰਡੀਅਨ PG-1 ਕੈਟਾਗਰੀ ਦਾ ਵੀਜ਼ਾ ਪੇਰੈਂਟਸ ਨੂੰ ਮਿਲਦਾ, ਜਿਹਦੇ ਵਿੱਚ ਪੇਰੈਂਟਸ, ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੇ ਜਾਣਾ, ਬੱਚੇ ਦੇ ਦਾਦਾ ਦਾਦੀ, ਨਾਨਾ ਨਾਨੀ, ਕੋਈ ਕਜ਼ਨ ਬ੍ਰਦਰ, ਕਜ਼ਨ ਸਿਸਟਰ, ਕੋਈ ਵੀ ਜਾ ਸਕਦਾ ਐਜ਼ ਅ ਗਾਰਡੀਅਨ। ਅੱਜ ਪੇਰੈਂਟਸ ਵੀ ਪਹੁੰਚੇ ਹੋਏ ਨੇ, ਪਹਿਲਾਂ ਉਹਨਾਂ ਤੋਂ ਹੀ ਆਪਾਂ ਕਲੀਅਰ ਕਰ ਲਈਏ, ਕੀ ਪਤਾ ਤੁਸੀਂ ਝੂਠ ਬੋਲਦੇ ਹੋ ਕਿ ਲਗਾਤਾਰ ਵੀਜ਼ੇ ਦੇ ਵੀਜ਼ੇ ਲਗਵਾ ਰਹੇ ਹੋ। ਮੈਮ ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਮੈਮ। ਸਰ ਸੱਚੀ ਵੀਜ਼ਾ ਆਇਆ ਤੁਹਾਡਾ ਕਿ ਨਹੀਂ? ਬਿਲਕੁਲ ਸੱਚੀ ਸਾਡਾ ਵੀਜ਼ਾ ਆਇਆ। ਕਿਦਾ ਕਿਦਾ ਆਇਆ, ਕਿਵੇਂ ਕਿਵੇਂ ਫਾਈਲਿੰਗ? ਮੇਰੇ ਬੇਟੇ ਦਾ, ਮੇਰੇ ਹਸਬੰਡ ਦਾ ਔਰ ਮੇਰਾ। ਹਾਂਜੀ। ਤੇ ਕਿੰਗਡਮ ਕੰਸਲਟੈਂਟ ਦੇ ਬਾਰੇ ਤੁਹਾਨੂੰ ਪਤਾ ਕਿਵੇਂ ਲੱਗਿਆ ਸੀਗਾ? ਕਿੰਗਡਮ ਕੰਸਲਟੈਂਟ ਹੈਗਾ ਇੱਥੇ? ਇਹ ਐਕਚੁਅਲੀ ਮੈਨੂੰ ਕੀ ਕਹਿੰਦੇ ਹੁੰਦੇ ਨੇ, ਇੰਸਟਾ 'ਤੇ ਔਰ ਫੇਸਬੁੱਕ 'ਤੇ ਮੈਂ ਇਹਨਾਂ ਦੀ ਐਡ ਦੇਖੀ ਸੀਗੀ, ਅਤੇ ਫਿਰ ਮੈਂ ਇੱਥੇ ਵਿਜਿਟ ਕੀਤਾ। ਪਹਿਲਾਂ ਮੈਂ ਕਈ ਜਗ੍ਹਾ ਮਤਲਬ ਕਿ ਗਈ ਹਾਂ, ਚੰਡੀਗੜ੍ਹ ਮਤਲਬ ਕਈ ਜਗ੍ਹਾ ਮੈਂ ਗਈ ਹਾਂ, 2 ਵਾਰ ਰਿਫਿਊਜ਼ਲ ਵੀ ਆ ਚੁੱਕੀ ਹੈ, ਲੇਕਿਨ ਫਿਰ ਬਟ ਇਹਨਾਂ ਦੇ ਬਾਰੇ ਜੋ ਮੈਨੇ ਸੁਣਿਆ ਸੀਗਾ ਬਿਲਕੁਲ ਸਹੀ ਸੀਗਾ। ਕੀ ਸੁਣਿਆ, ਕੀ ਸੀ ਇਹਨਾਂ ਦੇ ਬਾਰੇ? ਮਤਲਬ ਕਿ ਇੱਦਾਂ ਲਗਵਾ ਦਿੰਦੇ, ਫਿਰ ਅਸੀਂ ਇੱਥੇ ਵਿਜਿਟ ਕੀਤਾ ਤਾਂ ਸਾਨੂੰ ਬਹੁਤ ਅੱਛਾ ਲੱਗਿਆ ਔਰ ਸਾਡਾ ਬਣ ਗਿਆ, ਸਾਡਾ 2.25 ਮਹੀਨੇ 'ਚ ਸਾਡਾ ਕੰਮ ਬਣ ਗਿਆ। 2.25 ਮਹੀਨੇ ਦੇ ਵਿੱਚ ਪੂਰੀ ਫੈਮਿਲੀ ਦਾ ਵੀਜ਼ਾ ਲਗਵਾ ਕੇ ਦਿੱਤਾ ਇਹਨਾਂ ਨੇ? ਹਾਂਜੀ। ਪੈਸਿਆਂ ਦੀ ਗੱਲ ਕਰ ਲਈਏ, ਕਿੰਨੇ ਕੁ ਪੈਸੇ ਲੈ ਲਏ ਇਹਨਾਂ ਨੇ ਫਿਰ ਵੀਜ਼ਾ ਲਗਵਾਉਣ? 6.5 ਲੱਖ ਲੱਗਿਆ ਸਾਲ ਦਾ ਵੀਜ਼ਾ। ਮੈਮ ਇਹ ਪੋਸੀਬਲ ਹੈਗਾ 6.5 ਲੱਖ ਦੇ ਵਿੱਚ ਤੁਸੀਂ ਪਰਿਵਾਰ ਦਾ ਪੂਰੇ ਦਾ ਵੀਜ਼ਾ ਲਗਵਾ? ਬਿਲਕੁਲ ਸਰ, ਤੁਹਾਡੇ ਸਾਹਮਣੇ ਪੇਰੈਂਟਸ ਮਦਰ ਖੜੇ ਹੋਏ ਨੇ, ਉਹਨਾਂ ਨੇ ਇੰਟਰਵਿਊ ਦਿੱਤੀ ਹੈ। ਸੋ ਇਹਨਾਂ ਦਾ ਸਾਲ ਦੀ ਫੀਸ ਪੇ ਹੋਈ ਸੀ 6,24,000, 6.5 ਲੱਖ ਦੇ ਵਿੱਚ ਇਹਨਾਂ ਦਾ ਟੋਟਲ ਖਰਚਾ ਜਿਹੜਾ ਹੈ, ਕੋਸਟ ਜਿਹੜੀ ਹੈ ਉਹ ਆਈ ਹੈ, ਅਤੇ ਇਹਨਾਂ ਦੇ 3 ਜਣਿਆਂ ਦਾ ਵੀਜ਼ਾ ਲੱਗਾ, ਇਹਨਾਂ ਦਾ ਔਰ ਇਹਨਾਂ ਦੇ ਹਸਬੈਂਡ ਦਾ ਔਰ ਬੱਚੇ ਦਾ। ਉਹਦੇ ਵਿੱਚ ਸਕੂਲ ਦੀ ਫੀਸ ਵੀ ਐਡ ਹੈ ਜਾਂ ਕਿਵੇਂ ਅਲੱਗ ਤੋਂ ਹੈ? ਟਿਊਸ਼ਨ ਫੀਸ ਬੱਚੇ ਦੀ ਇੰਕਲੂਡਡ ਹੈ, ਬੱਚੇ ਦੀ ਸਾਲ ਦੀ ਜਿਹੜੀ ਫੀਸ ਹੈ ਤੁਹਾਨੂੰ ਮੈਂ ਦੱਸਿਆ 6,24,000, ਉਹ ਬੱਚੇ ਦੀ ਫੀਸ ਇਹਦੇ ਵਿੱਚ ਇੰਕਲੂਡ ਕਰਕੇ, ਪਲੱਸ ਇਹਨਾਂ ਦਾ ਟੋਟਲ ਜੋ ਵੀ ਖਰਚਾ ਐਕਸਟਰਾ ਲੱਗਾ ਹੋਏਗਾ ਉਹ ਸਾਰਾ ਵਿੱਚ ਪਾ ਕੇ 6.5 ਲੱਖ ਟੋਟਲ ਖਰਚਾ ਇਹਨਾਂ ਦਾ ਗਿਆ ਹੈ। 6.5 ਲੱਖ ਤੋਂ ਇਲਾਵਾ ਇਹਨਾਂ ਨੇ ਕੁਛ ਹੋਰ ਲਿੱਤਾ ਤੁਹਾਡੇ ਤੋਂ ਕਿ ਸਹੀ ਕਹਿ ਰਿਹਾ 6.5 ਲੱਖ? ਕੁਛ ਨਹੀਂ ਲਿੱਤਾ, 6.5 ਲੱਖ ਲਿੱਤਾ। ਤੇ ਪਹਿਲਾਂ ਤੁਸੀਂ ਜਦੋਂ ਫਾਈਲਿੰਗ ਲਗਵਾਈ ਸੀ, ਤੁਸੀਂ ਦੱਸਿਆ ਕਿ ਰਿਫਿਊਜ਼ਲਸ ਆਈਆਂ ਪਹਿਲਾਂ, ਉਹ ਕਿਹਨਾਂ ਤੋਂ ਕਰਵਾਈਆਂ ਸੀਗੀਆਂ, ਕਿੱਥੋਂ ਕਰਵਾਈਆਂ ਸੀ, ਕਿੱਦਾਂ ਇਹਨਾਂ ਦਾ? ਮਤਲਬ ਉਹ ਕਈ ਜਗ੍ਹਾ ਸੀ, ਮਤਲਬ ਫਿਰ ਜਿੱਥੇ ਵੀ ਮਤਲਬ ਜਾਂਦੇ ਸੀਗੇ ਸਾਡਾ ਕੰਮ ਨਹੀਂ ਬਣਦਾ ਸੀਗਾ, ਅਤੇ 2 ਵਾਰੀ ਅਸੀਂ ਫਾਈਲ ਲਗਵਾਈ, ਰਿਫਿਊਜ਼ਲ ਆ ਗਈ 2 ਵਾਰੀ, ਫਿਰ ਉਸ ਤੋਂ ਬਾਅਦ ਮਤਲਬ ਜਦੋਂ ਸਾਨੂੰ ਇੱਧਰਲਾ ਪਤਾ ਲੱਗਿਆ, ਫਿਰ ਅਸੀਂ ਇੱਥੇ ਵਿਜ਼ਿਟ ਕੀਤਾ, ਅਤੇ ਸਾਰਾ ਮਤਲਬ ਜੋ ਵੀ ਪ੍ਰੋਸੈਸ ਸੀਗਾ ਅਸੀਂ ਕੀਤਾ, ਫਿਰ ਸਾਨੂੰ ਬਹੁਤ ਅੱਛਾ ਲੱਗਿਆ। ਡਾਕੂਮੈਂਟ ਇਹਨਾਂ ਨੇ ਕਿੰਨੇ ਕੁ ਲਿੱਤੇ ਤੁਹਾਡੇ? ਉਹਨਾਂ ਨੇ ਜ਼ਿਆਦਾ ਨਹੀਂ ਲਿੱਤੇ, ਮਤਲਬ ਆਧਾਰ ਕਾਰਡ ਔਰ ਬੱਚੇ ਦੇ ਸਰਟੀਫਿਕੇਟ, ਬਰਥ ਸਰਟੀਫਿਕੇਟ। ਬੱਚਾ ਉਰੇ ਕਿਹੜੀ ਕਲਾਸ ਦੇ ਵਿੱਚ ਪੜ੍ਹਦਾ ਤੁਹਾਡਾ? ਸੈਕਿੰਡ ਕਲਾਸ ਜੀ। ਅਤੇ ਜਦੋਂ ਇਹਨਾਂ ਦੇ ਬਾਰੇ ਜਿਵੇਂ 2 ਵਾਰ ਤੁਸੀਂ ਦੱਸਿਆ ਕਿ ਰਿਫਿਊਜ਼ਲ ਆ ਗਈ ਪਹਿਲਾਂ, ਬੰਦੇ ਦਾ ਨੋਰਮਲ ਜੀ ਗੱਲ ਹੈ, ਜੇ ਰਿਫਿਊਜ਼ਲ ਆ ਜਾਵੇ ਤਾਂ ਜਿਹੜਾ ਮਨ ਹੈ ਉੱਠ ਜਾਂਦਾ, ਡਰ ਲੱਗਦਾ ਕਿ ਨਹੀਂ ਮੇਰੀ ਫੇਰ ਨਾ ਰਿਫਿਊਜ਼ਲ ਆ ਜਾਵੇ, ਪੈਸੇ ਨਾ ਲੱਗ ਜਾਣ, ਨੁਕਸਾਨ ਨਾ ਹੋ ਜਾਵੇ, ਅਜਿਹਾ ਕੁਝ ਨਹੀਂ? ਇਹਨਾਂ 'ਤੇ ਵਿਸ਼ਵਾਸ ਕਿਵੇਂ ਕੀਤਾ ਤੁਸੀਂ? ਬਸ ਮਤਲਬ ਕਿ ਇੱਕ ਵਿਸ਼ਵਾਸ ਬਣ ਗਿਆ ਇਹਨਾਂ ਦੀ ਐਡ ਦੇਖ ਕੇ, ਔਰ ਇਹਨਾਂ ਦਾ ਸਾਰਾ ਜੋ ਵੀ ਹੈ 1-2 ਜਣਿਆਂ ਤੋਂ ਅਸੀਂ ਪਤਾ ਵੀ ਕੀਤਾ, ਅਤੇ ਮਤਲਬ ਸਾਨੂੰ ਬਹੁਤ ਅੱਛਾ ਲੱਗਿਆ। ਫਿਰ ਮਨ ਨੂੰ ਸਮਝਾ ਕੇ ਅਸੀਂ ਇੱਥੇ ਆਪਣਾ ਜੋ ਵੀ ਸੀਗਾ ਵਿਜ਼ਿਟ ਕੀਤਾ ਅਸੀਂ, ਬਟ ਇਹਨਾਂ ਨੇ ਸਾਨੂੰ ਨਿਰਾਸ਼ ਨਹੀਂ ਕਰਿਆ। ਜਿਵੇਂ ਐਡ ਦੇ ਵਿੱਚ ਬੜਾ ਕੁਛ ਕਹਿ ਦਿੰਦੇ ਕਿ ਇਸ ਤਰ੍ਹਾਂ ਉਸ ਤਰ੍ਹਾਂ, ਉਹਨਾਂ ਦੇ ਨਾਲੋਂ ਰੀਅਲ ਦੇ ਵਿੱਚ ਕਿੰਨਾ ਕੁ ਫਰਕ ਸੀ ਇਹਨਾਂ ਦੇ? ਜ਼ਿਆਦਾ ਕੁਛ ਵੀ ਫਰਕ ਨਹੀਂ ਸੀਗਾ, ਸੇਮ ਸੀਗਾ ਸਭ, ਜੋ ਵੀ ਇਹਨਾਂ ਨੇ ਦਿਖਾਇਆ, ਜੋ ਵੀ ਮਤਲਬ ਐਡ ਦੇ ਵਿੱਚ ਸੀਗਾ ਸਭ ਓਕੇ ਸੀਗਾ, ਕੁਛ ਵੀ ਫੇਕ ਨਹੀਂ ਲੱਗਿਆ ਮੈਨੂੰ। ਹਾਂਜੀ।
ਤੇ ਜਿਹੜਾ ਤੁਸੀਂ ਵੀਜ਼ਾ ਲਗਵਾ ਕੇ ਦਿੱਤਾ ਹੈ ਬੱਚੇ ਨੂੰ ਲਗਵਾਇਆ, ਬੱਚੇ ਦਾ ਤਾਂ ਚਲੋ ਸਟੱਡੀ ਵੀਜ਼ਾ ਲੱਗ ਗਿਆ, ਉਹਦੇ ਨਾਲ ਪੇਰੈਂਟਸ ਦਾ ਕਿਹੜਾ ਵੀਜ਼ਾ ਲੱਗਿਆ ਹੋਇਆ? ਸਰ ਪੇਰੈਂਟਸ ਨੂੰ PG-1 ਪੇਰੈਂਟਸ ਗਾਰਡੀਅਨ ਮਲਟੀਪਲ ਵੀਜ਼ਾ ਮਿਲਿਆ ਹੈ, ਸੋ ਬੱਚੇ ਦਾ S-1 ਸਟੂਡੈਂਟ ਐਜ਼ ਅ ਗਾਰਡੀਅਨ ਵੀਜ਼ਾ, ਸੋਰੀ ਸਟੂਡੈਂਟ ਐਜ਼ ਅ ਮਾਈਨਰ ਵੀਜ਼ਾ ਮਿਲਿਆ ਉਹਨੂੰ ਬੱਚੇ ਨੂੰ, ਔਰ ਪੇਰੈਂਟਸ ਦਾ PG-1 ਕੈਟਾਗਰੀ ਪੇਰੈਂਟਸ ਗਾਰਡੀਅਨ ਐਜ਼ ਅ ਮਲਟੀਪਲ ਵੀਜ਼ਾ, ਜਿਹਦੇ ਵਿੱਚ ਉੱਥੇ ਜਾ ਕੇ ਓਪਨ ਵਰਕ ਪਰਮਿਸ਼ਨਸ ਹੁੰਦੀਆਂ ਨੇ ਪੇਰੈਂਟਸ ਨੂੰ ਵਰਕ ਕਰਨ ਦੀਆਂ, ਵਰਕ ਕਰ ਸਕਦੇ ਨੇ ਉੱਥੇ ਫਾਦਰ ਫੁੱਲ ਟਾਈਮ, ਔਰ ਮਦਰ ਨੂੰ ਹਫ਼ਤੇ ਵਿੱਚ 20 ਘੰਟੇ ਉੱਥੇ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਗਈ ਹੈ। ਜੀ ਉਸ ਤੋਂ ਬਾਅਦ ਉਹਨਾਂ ਨੇ PR ਵਗੈਰਾ ਹੋਣਾ ਹੋਵੇ, ਉਹ ਕਿੰਨਾ ਕੁ ਈਜ਼ੀ ਆ ਜਾਂ ਕਿੰਨਾ ਕੁ ਡਿਫੀਕਲਟ ਹੈ ਇਸ ਦੇ ਵਿੱਚ? PR ਤਾਂ ਸਰ ਦੇਖੋ 2 ਸਾਲ ਬਾਅਦ, 2 ਸਾਲ ਤੁਹਾਨੂੰ ਉੱਥੇ ਰੈਗੂਲਰੀ ਰਹਿਣਾ ਪੈਂਦਾ ਹੈ, ਗਵਰਨਮੈਂਟ ਨੂੰ ਟੈਕਸ ਪੇ ਹੋਵੇਗਾ, ਬੱਚਿਆਂ ਦੀ ਫੀਸਿਸ ਰੈਗੂਲਰੀ ਜਾਣਗੀਆਂ, ਸਟੱਡੀ 'ਚ ਕੋਈ ਗੈਪ ਨਾ ਹੋਵੇ, ਉਸ ਬਿਹਾਫ 'ਤੇ ਪੇਰੈਂਟਸ ਜਿਹੜੇ ਨੇ ਬੱਚੇ ਦੀ PR 2 ਸਾਲ ਬਾਅਦ ਅਪਲਾਈ ਕਰ ਸਕਦੇ ਨੇ, ਆਪਣੀ ਵੀ PR ਅਪਲਾਈ ਕਰ ਸਕਦੇ ਨੇ, ਲੇਕਿਨ ਪਹਿਲਾਂ ਬੱਚਾ PR ਹੋਵੇਗਾ ਫਿਰ ਪੇਰੈਂਟਸ PR ਹੋਣਗੇ। ਪੇਰੈਂਟਸ ਨੂੰ ਮੈਕਸੀਮਮ 5 ਈਅਰਸ ਲੱਗ ਜਾਂਦੇ ਨੇ PR ਲੈਣ। ਤੇ ਬੱਚਾ ਜਿਹੜੀ ਉੱਥੇ ਸਟੱਡੀ ਕਰੂਗਾ ਜਾ ਕੇ, ਉਹ ਕਿਹੜੀ ਕਲਾਸ ਦੇ ਵਿੱਚ ਜਾ ਕੇ ਕਰੂਗਾ? ਜਿਵੇਂ ਇੱਥੇ ਜੇ ਬੱਚਾ ਸਪੋਜ਼ ਕਰੋ 4th ਕਲਾਸ ਜਾਂ 5th ਕਲਾਸ 'ਚ ਪੜ੍ਹ ਰਿਹਾ, ਤਾਂ ਉੱਥੇ ਜਾ ਕੇ ਉਹਨੂੰ ਕਿਹੜੀ ਕਲਾਸ 'ਚ ਸਟੱਡੀ ਕਰਨੀ? ਹਜੇ ਫਿਲਹਾਲ ਉਹ ਇੱਥੇ 2nd ਕਰ ਰਿਹਾ ਅਤੇ ਉੱਥੇ 3rd ਕਲਾਸ ਵਿੱਚ ਜਾਏਗਾ ਜੀ, ਨਹੀਂ ਜਿਹੜੀ ਕਲਾਸ ਕਰਦਾ ਬੱਚਾ ਉੱਥੋਂ ਨੈਕਸਟ ਕਲਾਸ ਵਿੱਚ ਉੱਥੇ ਐਡਮਿਸ਼ਨ ਹੁੰਦੀ ਹੈ, ਲੇਕਿਨ ਸਾਨੂੰ ਲਾਸਟ ਈਅਰ ਦਾ ਰਿਪੋਰਟ ਕਾਰਡ ਕੰਪਲਸਰੀ ਹੁੰਦਾ ਹੈ ਬੱਚੇ ਦਾ ਸਕੂਲਿੰਗ ਦਾ ਲਗਾਉਣਾ। ਤੇ ਡਾਕੂਮੈਂਟ ਦੀ ਗੱਲ ਕਰ ਲਈਏ, ਕਿੰਨੇ ਕੁ ਜ਼ਿਆਦਾ ਡਾਕੂਮੈਂਟ ਇਸ ਦੇ ਵਿੱਚ ਲਗਾਉਣੇ ਪੈਂਦੇ ਨੇ ਜੇ ਗੱਲ ਕਰੀਏ ਡਾਕੂਮੈਂਟਸ ਦੀ? CA ਰਿਪੋਰਟ ਬਣਦੀ ਹੈ ਸਰ, ਟੋਟਲ ਬੱਚੇ ਦੀ ਮੰਨ ਕੇ ਚੱਲੋ, ਪੇਰੈਂਟਸ ਦੀ ਇਨਕਮ ਕੀ ਹੈ, ਉਹਨਾਂ ਦੀ ITR ਸ਼ੋ ਹੁੰਦੀਆਂ ਨੇ, ਪ੍ਰੋਪਰਟੀ ਉਹਨਾਂ ਦੀ ਹੈਗੀ ਉਹਦੀ ਵੈਲੂਏਸ਼ਨ ਪਏਗੀ, ਉਸ ਤੋਂ ਬਾਅਦ ਇਹਨਾਂ ਦਾ ਇਨਕਮ ਸਰਟੀਫਿਕੇਟ ਬਣਦਾ, ਅਗਰ ਇਹਨਾਂ ਕੋਲ ITRs ਹੈਗੀਆਂ ਨੇ ਵੈਲ ਐਂਡ ਗੁੱਡ ਹੈ, ਜਿਹਨਾਂ ITRs ਨਹੀਂ ਹੈਗੀਆਂ ਤਾਂ ਅਸੀਂ ਇਨਕਮ ਸਰਟੀਫਿਕੇਟ ਇਹਨਾਂ ਦਾ ਬਣਵਾਉਂਦੇ ਹਾਂ ਤਹਿਸੀਲਦਾਰ ਕੋਲੋਂ, ਬੈਂਕ ਸਟੇਟਮੈਂਟਸ ਲੱਗਣਗੀਆਂ ਇਹਨਾਂ ਦੀਆਂ, ਗੋਲਡ ਕਾਰ ਉਹਦੀ ਵੈਲੂਏਸ਼ਨ ਚੱਲ ਜਾਏਗੀ, ਫੰਡਸ ਹੋਣੇ ਚਾਹੀਦੇ ਨੇ 12 ਤੋਂ 15 ਲੱਖ ਦੇ, ਅਸੀਂ ਇੱਕ ਬੱਚੇ ਦੇ ਸ਼ੋ ਕਰਵਾਉਂਦੇ ਹਾਂ ਫੰਡਿੰਗ ਜਿਹੜੀ ਹੁੰਦੀ ਹੈ, ਉਹਦੇ 'ਚ ਤੁਸੀਂ FDs, ਸੇਵਿੰਗਸ, ਮਿਊਚੁਅਲ ਫੰਡ ਸ਼ੋ ਕਰ ਸਕਦੇ ਹੋ, ਅਗਰ ਤੁਹਾਡੇ ਕੋਲ ਆਪਣੇ ਹੈਗੇ ਨੇ ਵੈਲ ਐਂਡ ਗੁੱਡ ਹੈ, ਜੇ ਤੁਹਾਡੇ ਕੋਲ ਨਹੀਂ ਹੈਗੇ ਬੱਚੇ ਦੇ ਦਾਦਾ ਦਾਦੀ ਨਾਨਾ ਨਾਨੀ, ਸੈਕਿੰਡ ਪਾਰਟੀ ਕੋਈ ਵੀ ਸ਼ੋ ਕਰ ਸਕਦਾ, ਕੋਈ 3rd ਪਾਰਟੀ ਨਹੀਂ ਸ਼ੋ ਕਰ ਸਕਦਾ, ਜੇ ਕਿਸੇ ਕੋਲ ਨਹੀਂ ਹੈਗੇ ਪੇਰੈਂਟਸ ਕੋ, ਫਿਰ ਦੈਨ ਅਸੀਂ ਫਾਈਨਾਂਸਰ ਤੋਂ ਅਰੇਂਜਮੈਂਟ ਕਰਵਾਉਂਦੇ ਹਾਂ, ਦੈਨ ਉਹ 2 ਤੋਂ 3% ਇੰਟਰਸਟ ਲੈਂਦੇ ਨੇ, ਤੋ ਸੋ ਉਹਨਾਂ ਦਾ ਮੰਨ ਲਓ 12 ਲੱਖ ਦਾ ਹਿਸਾਬ ਨਾਲ ਅਗਰ ਅਸੀਂ ਦੇਖਦੇ ਤਾਂ 24,000 ਇੰਟਰਸਟ ਬਣਦਾ ਹੈ, ਸੋ ਉਹ 1 ਟਾਈਮ ਪੇ ਹੋਏਗਾ, ਉਹਨਾਂ ਨੇ ਉਹਨਾਂ ਦੀ ਫੰਡਿੰਗ ਸ਼ੋ ਕਰਨੀ ਹੈ, ਦੈਨ ਉਹਨਾਂ ਦੀ ਬੈਂਕ ਸਟੇਟਮੈਂਟਸ ਵੀ ਉਹੀ ਸ਼ੋ ਕਰਦੇ ਨੇ। ਲੋਕ ਤਾਂ ਕਹਿੰਦੇ ਆ 20-25 ਲੱਖ ਚੱਕੀ ਫਿਰਦੇ, ਉਹਨਾਂ ਦੇ ਤਾਂ ਵੀਜ਼ੇ ਨਹੀਂ ਆ ਰਹੇ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਦੇਖੋ ਸਰ, ਮੈਂ ਤਾਂ ਉਹਨਾਂ ਨੂੰ ਇਹੀ ਗਾਈਡ ਕਰਾਂਗੀ ਕਿ ਜੇ ਤੁਸੀਂ ਵੀ ਆਪਣੇ ਬੱਚੇ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਜਿਹੜੇ ਬੱਚਿਆਂ ਦਾ ਹੈਗਾ ਕਿ ਅਸੀਂ ਕੈਨੇਡਾ ਜਾ ਕੇ ਸਟੱਡੀ ਕਰਨੀ ਹੈ, ਸੋ ਇੱਕ ਵਾਰ ਕਿੰਗਡਮ ਕੰਸਲਟੈਂਟ ਜ਼ਰੂਰ ਵਿਜ਼ਿਟ ਕਰੋ, ਆਓ ਸਾਡੇ ਕੋਲ, ਕੰਸਲਟ ਲਵੋ ਆਪਣੀ ਪੂਰੀ, ਹੈ ਨਾ, ਜੋ ਵੀ ਤੁਹਾਡੇ ਡਾਊਟਸ ਨੇ ਉਹ ਕਲੀਅਰ ਕਰੋ, ਦੈਨ ਫਿਰ ਤੁਸੀਂ ਸਾਡੇ 'ਤੇ ਵੀ ਟਰੱਸਟ ਕਰੋ। ਜਿਹੜੇ ਤੁਹਾਨੂੰ ਕਹਿ ਰਹੇ ਨੇ ਕਿ ਜੇ ਮਾਈਨਰ ਵੀਜ਼ਾਸ ਹੁੰਦੇ ਨਹੀਂ ਹੈਗੇ ਜੀ, ਮਾਈਨਰ ਵੀਜ਼ਾ ਲੱਗਦੇ ਨਹੀਂ ਹੈਗੇ, ਸੋ ਇਹ ਬਿਲਕੁਲ ਇੱਦਾਂ ਦਾ ਕੁਛ ਨਹੀਂ ਹੈਗਾ, ਅਗਰ ਕੁਛ ਫੇਕ ਹੁੰਦਾ ਕੈਨੇਡਾ ਗਵਰਨਮੈਂਟ ਦੀ ਪੋਰਟਲ ਦੇ ਉੱਤੇ ਵੀ ਇਹ ਚੀਜ਼ ਨਾ ਹੁੰਦੀ ਕਿ ਮਾਈਨਰ ਜਿਹੜੇ ਬੱਚਿਆਂ ਦੇ ਮਾਈਨਰ ਸਟੱਡੀ ਵੀਜ਼ੇ ਨੇ ਉਹ ਹੋ ਰਹੇ ਨੇ ਜੀ, ਤੋ ਅਸੀਂ ਜੋ ਵੀ ਆ ਸਾਰਾ ਸਾਡਾ ਆਫਿਸ ਜਿਹੜਾ ਪੰਜਾਬ ਗਵਰਨਮੈਂਟ ਅਪਰੂਵਡ ਹੈ, ਕੈਨੇਡੀਅਨ ਗਵਰਨਮੈਂਟ ਜਿਹੜੇ ਅਸੀਂ ਸਕੂਲਸ ਨਾਲ ਸਾਡਾ ਟਾਈਅਪ ਹੈ ਉਹ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਅਪਰੂਵਡ ਹੈ, ਸੋ ਕੁਛ ਵੀ ਫੇਕ ਨਹੀਂ ਹੈਗਾ, ਤੁਸੀਂ ਆਓ ਸਾਡੇ ਤੇ ਆਫਿਸ ਵਿਜ਼ਿਟ ਕਰੋ, ਸਾਨੂੰ ਮਿਲੋ, ਕਾਉਂਸਲਿੰਗ ਲਓ, ਦੈਨ ਫਿਰ ਤੁਸੀਂ ਸਾਡੇ ਤੇ ਟਰਸਟ ਕਰੋ। ਰਿਫਿਊਜ਼ਲਾਂ ਕਿੰਨੀਆਂ ਕੁ ਅਸੈਪਟ ਕਰ ਲੈਂਦੇ ਹੋ? ਜਿਵੇਂ ਇਹਨਾਂ ਦੀਆਂ ਤਾਂ 2 ਰਿਫਿਊਜ਼ਲ ਸੀਗੀਆਂ, ਕਿਸੇ ਦੀਆਂ 4 ਵੀ ਹੁੰਦੀਆਂ, 5 ਵੀ ਹੁੰਦੀਆਂ, ਕਿੰਨੀਆਂ ਕੁ ਅਸੈਪਟੇਬਲ ਨੇ ਤੁਹਾਡੇ? ਦੇਖੋ ਸਰ, ਟੂਰਿਸਟ ਵਿਜ਼ਟਰ ਦੀਆਂ ਚਾਹੇ ਉਹਨਾਂ ਦੀਆਂ 5-6 ਰਿਫਿਊਜ਼ਲਾਂ ਹੋਣ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜਿਹੜਾ ਸਟੱਡੀ ਵੀਜ਼ਾ ਹੁੰਦਾ ਹੈ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਗਰ ਉਹਨਾਂ ਦੀ ਪਹਿਲਾਂ ਕੋਈ ਰਿਫਿਊਜ਼ਲ ਹੋਵੇ, ਸੋ ਸਟੱਡੀ ਵੀਜ਼ਾ ਦੇ ਵਿੱਚ ਵੀ ਅਗਰ ਤੁਹਾਡੀ 3 ਰਿਫਿਊਜ਼ਲਸ ਹੈਗੀਆਂ ਨੇ ਅਸੈਪਟਡ ਹੈ, ਉਸ ਤੋਂ ਬਾਅਦ ਨਹੀਂ ਹੁੰਦੀਆਂ ਜੀ। ਜਿਵੇਂ ਬੱਚਾ ਉਰੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦਾ ਹੈ ਜਾਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਹੈ, ਅਜਿਹਾ ਵੀ ਕੋਈ ਚੱਕਰ ਹੁੰਦਾ ਕਿ ਇੱਥੇ ਉਹ ਪ੍ਰਾਈਵੇਟ ਜਾਂ ਕੋਨਵੈਂਟ ਸਕੂਲ ਦੇ ਵਿੱਚ ਹੀ ਪੜ੍ਹਦਾ ਹੋਣਾ ਚਾਹੀਦਾ ਤਾਂ ਹੀ ਉਹਦਾ ਮਾਈਨਰ ਵੀਜ਼ਾ ਲੱਗੂਗਾ? ਨਹੀਂ, ਬਿਲਕੁਲ ਵੀ ਨਹੀਂ ਸਰ, ਇੱਦਾਂ ਨਹੀਂ ਹੈਗਾ ਕਿ ਬੱਚਾ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਹੋਵੇ ਗਵਰਨਮੈਂਟ ਸਕੂਲ ਵਾਲਿਆਂ ਨੂੰ ਐਡਮਿਸ਼ਨ ਨਹੀਂ ਹੋ ਸਕਦੀਆਂ, ਕਿਉਂਕਿ ਇਹਦੇ ਵਿੱਚ ਬੱਚੇ ਦੇ ਮਾਰਕਸ ਮੈਟਰ ਨਹੀਂ ਕਰਦੇ, ਬੱਚਾ ਬੱਚੇ ਦੀ ਜਿਹੜੀ ਇੱਥੇ ਦੀ ਸਟੱਡੀ ਹੈ ਉਹ ਬਿਲਕੁਲ ਵੀ ਕੈਨੇਡੀਅਨ ਗਵਰਨਮੈਂਟ ਨਹੀਂ ਦੇਖਦਾ ਜਾਂ ਕੈਨੇਡੀਅਨ ਸਕੂਲ ਨਹੀਂ ਦੇਖਦਾ। ਰੀਜ਼ਨ ਕੀ ਹੈ? ਬਿਕੋਜ਼ ਉਹ ਉਦੋਂ ਦੇਖਦਾ ਜਦੋਂ ਉਹਨਾਂ ਨੇ ਸਕਾਲਰਸ਼ਿਪ ਦੇਣੀ ਹੁੰਦੀ, ਤਾਂ ਸੋ ਬੱਚੇ ਨੂੰ ਸਕਾਲਰਸ਼ਿਪ ਇੱਥੋਂ ਨਹੀਂ ਮਿਲਦੀ,
ਉੱਥੇ ਜਾ ਕੇ ਬੱਚਾ ਕੀ ਪੜ੍ਹਦਾ ਪਿਆ, ਬੱਚੇ ਦੀ ਕੀ ਸਟੱਡੀ ਚੱਲ ਰਹੀ ਹੈ, ਅਗਰ ਉੱਥੇ ਵਧੀਆ ਸਟੱਡੀ ਕਰ ਰਿਹਾ ਤਾਂ ਦੈਨ ਉਹਨੂੰ ਉੱਥੇ ਜਾ ਕੇ ਸਕਾਲਰਸ਼ਿਪ ਪ੍ਰੋਵਾਈਡ ਹੁੰਦੀ ਹੈ। ਸੋ ਇਸ ਕਰਕੇ ਇੱਥੋਂ ਬੱਚੇ ਦੇ ਮਾਰਕਸ ਨਹੀਂ ਮੈਟਰ ਕਰਦੇ। ਜਿਵੇਂ ਤੁਸੀਂ ਵੀਜ਼ਾ ਲਗਵਾ ਦਿੰਦੇ ਹੋ, ਕਿਹੜੇ ਕਿਹੜੇ ਉੱਧਰ ਜਿਵੇਂ ਜਾ ਕੇ ਕੈਨੇਡਾ ਜਾਂਦੇ ਆ, ਜਿਵੇਂ ਉੱਥੇ ਬ੍ਰਮਟਮ ਜਾਂਦੇ ਆ, ਸਰੀ ਜਾਂਦੇ ਆ, ਕਿਹੜੇ ਏਰੀਆ ਦੇ ਵਿੱਚ ਜਾਂਦੇ ਆ? ਅਸੀਂ ਸਰ ਮਿਸਿਸਾਗਾ ਓਨਟਾਰੀਓ ਦੇ ਵਿੱਚ ਕਰਵਾਉਂਦੇ ਹਾਂ ਜ਼ਿਆਦਾਤਰ। ਵੈਸੇ ਸਾਡਾ ਬ੍ਰਮਟਨ, ਮਿਸਿਸਾਗਾ ਓਨਟਾਰੀਓ, ਟੋਰਾਂਟੋ, ਇਹ ਸਾਰੀਆਂ ਜਗ੍ਹਾ ਡੀਲਿੰਗ ਹੈਗੀ ਆ। ਐਡਮਿੰਟਨ ਵੀ ਹੈਗਾ, ਲੇਕਿਨ ਅਸੀਂ ਜ਼ਿਆਦਾ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਮਿਸਿਸਾਗਾ ਜਾਓ, ਬਿਕੋਜ਼ ਉੱਥੇ ਕਾਫੀ ਵਧੀਆ ਸਿਟੀ ਹੈ, ਓਨਟਾਰੀਓ ਸਟੇਟ ਕਾਫੀ ਵਧੀਆ ਹੈ, ਪਲੱਸ ਉੱਥੇ ਕੰਮ ਵਗੈਰਾ ਵੀ ਕਾਫੀ ਵਧੀਆ ਚੱਲ ਰਿਹਾ ਜੀ। ਪਰ ਕੁਝ ਲੋਕ ਇੱਦਾਂ ਕਹਿ ਦਿੰਦੇ ਕਿ ਸਾਡੇ ਤਾਂ ਰਿਲੇਟਿਵ ਸਰੀ 'ਚ ਰਹਿੰਦੇ ਆ ਜਾਂ ਬ੍ਰਮਟਨ 'ਚ ਰਹਿੰਦੇ ਆ, ਕਿ ਉਹਨਾਂ ਦੇ ਲਈ ਇਸ ਤਰ੍ਹਾਂ ਹੋ ਸਕਦਾ ਕਿ ਵੀਜ਼ਾ ਤੁਸੀਂ ਜਿਵੇਂ ਦੱਸਿਆ ਜਿੱਥੇ ਦਾ ਵੀ ਲਗਵਾ ਕੇ ਦਿੰਦੇ ਹੋ, ਜੇ ਉਹ ਕਹਿਣ ਕਿ ਅਸੀਂ ਉਹ ਆਪਣੇ ਜਿੱਥੇ ਸਾਡੇ ਰਿਲੇਟਿਵਸ ਰਹਿੰਦੇ ਆ ਅਸੀਂ ਉੱਥੇ ਰਹਿਣਾ ਚਾਹੁੰਦੇ ਹਾਂ, ਉਹ ਹੋ ਸਕਦਾ ਜਾਂ ਨਹੀਂ? ਬਿਲਕੁਲ ਹੋ ਸਕਦਾ, ਅਗਰ ਉਹ ਨਹੀਂ ਆਪਣੇ ਮਿਸਿਸਾਗਾ ਨਹੀਂ ਰਹਿਣਾ ਚਾਹੁੰਦੇ, ਜਿੱਥੇ ਉਹਨਾਂ ਦੇ ਰਿਲੇਟਿਵਸ ਹੈਗੇ ਨੇ ਉੱਥੇ ਜਾ ਕੇ ਰਹਿਣਾ ਚਾਹੁੰਦੇ ਨੇ, ਅਸੀਂ ਜ਼ਰੂਰ ਉਹਨਾਂ ਨੂੰ ਇੱਕ ਵਾਰੀ ਗਾਈਡ ਕਰਦੇ ਹਾਂ, ਕਿਉਂਕਿ ਸਾਡਾ ਫਰਜ਼ ਬਣਦਾ ਅਗਰ ਉੱਥੇ ਉਹਨਾਂ ਨੂੰ ਬ੍ਰਮਟਨ 'ਚ, ਬਿਕੋਜ਼ ਤੁਹਾਨੂੰ ਵੀ ਪਤਾ ਕੈਨੇਡਾ ਦੇ ਵਿੱਚ ਬ੍ਰਮਟਨ ਔਰ ਟੋਰਾਂਟੋ ਅਤੇ ਸਰੀ ਕੰਮ ਹੈ ਨਹੀਂ ਬਿਲਕੁਲ ਵੀ। ਸੋ ਅਸੀਂ ਇਸ ਕਰਕੇ ਮਿਸਿਸਾਗਾ ਕਹਿੰਦੇ ਉਹਨਾਂ ਨੂੰ, ਬਾਕੀ ਜੇ ਉਹ ਜਾਣਾ ਚਾਹੁੰਦੇ ਨੇ ਟੋਰਾਂਟੋ, ਉਹਨਾਂ ਦੇ ਰਿਲੇਟਿਵਸ ਹੈਗੇ ਨੇ, ਸੋ ਅਸੀਂ ਮਾਈਗ੍ਰੇਟ ਕਰ ਦਾਂਗੇ, ਪਹਿਲਾਂ ਉਹਨਾਂ ਨੂੰ ਵੀਜ਼ਾ ਲੈ ਕੇ ਦੇਵਾਂਗੇ ਮਿਸਿਸਾਗਾ, ਜਦੋਂ ਵੀਜ਼ਾ ਲੱਗ ਗਿਆ ਇੱਥੋਂ ਹੀ 20 to 25 ਡੇਜ਼ ਵੇਟ ਕਰਨਗੇ, ਦੈਨ ਅਸੀਂ ਉਹਨਾਂ ਦੀ ਫਾਈਲ ਜਿਹੜੀ ਆ ਉਹ ਮਾਈਗ੍ਰੇਟ ਕਰਕੇ ਉਹਨਾਂ ਨੂੰ ਸਰੀ ਜਾਂ ਫਿਰ ਟੋਰਾਂਟੋ ਜਿੱਥੇ ਕਹਿਣਗੇ ਅਸੀਂ ਉੱਥੇ ਉਹਨਾਂ ਨੂੰ ਭੇਜਾਂਗੇ ਜੀ। ਇੱਕ ਵਾਰ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਅਕਸਰ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ, ਕੰਸਲਟੈਂਟ ਦੇ ਕੰਮ ਦੇ ਵਿੱਚ ਫਰੋਡ ਬਹੁਤ ਹੁੰਦਾ, ਲੋਕ ਕਿਸੇ ਨਾ ਕਿਸੇ ਫਰੋਡ ਏਜੰਟ ਦੇ ਧੱਕੇ ਚੜ ਜਾਂਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਬਸ ਉਹਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਵੀ ਹੁਣ ਜਦੋਂ ਮੇਰੀਆਂ ਇੱਥੇ ਖੁਆਇਸ਼ਾਂ ਪੂਰੀਆਂ ਹੋਈਆਂ ਨੇ ਤਾਂ ਉਹ ਵੀ ਇੱਥੇ ਵਿਜ਼ਿਟ ਕਰਨ ਬਿਨਾਂ ਕਿਸੇ ਡਰ ਤੋਂ, ਵੀ ਇੱਥੇ ਆਉਣ ਅਤੇ ਆਪਣੇ ਬੱਚਿਆਂ ਦਾ ਫਿਊਚਰ ਬਣਾਉਣ। ਇੱਕ ਵਾਰ ਆਰਤੀ ਜੀ ਤੁਸੀਂ ਆਪਣਾ ਆਫਿਸ ਦਾ ਜਿਹੜਾ ਐਡਰੈਸ ਹੈ ਉਹ ਕਨਫਰਮ ਕਰਵਾ ਦੋਗੇ? ਜ਼ਰੂਰ ਸਰ, ਜਿਹੜਾ ਸਾਡਾ ਆਫਿਸ ਹੈ ਜਲੰਧਰ ਬੱਸ ਸਟੈਂਡ ਨੀਅਰ ਅਬਾਊਟ ਗੜਾ ਰੋਡ ਛੋਟੀ ਬਰਾਦਰੀ ਫੇਜ਼ 2 ਸਾਡਾ ਆਫਿਸ ਹੈ। ਜਦੋਂ ਤੁਸੀਂ ਆਓਗੇ ਅਲਰਟ ਜਿਮ, ਨੀਅਰ ਅਬਾਊਟ ਅਲਰਟ ਜਿਮ ਪੈਂਦੀ ਹੈ, ਅਲਰਟ ਜਿਮ ਦੇ ਬਿਲਕੁਲ ਰਾਈਟ ਹੈਂਡ ਬੀਬਾ ਸ਼ੋਰੂਮ, ਉਹਦੇ ਸੈਕਿੰਡ ਫਲੋਰ। ਤਾਂ ਉਹ ਫੈਮਿਲੀ ਸਾਡੇ ਨਾਲ ਮੌਜੂਦ ਹੈ, ਛੋਟਾ ਜਿਹਾ ਬੱਚਾ ਜਿਸਦਾ ਵੀਜ਼ਾ ਲੱਗਿਆ, ਗੱਲਬਾਤ ਕਰ ਲੈਂਦੇ। ਬੱਚੇ ਕੀ ਨਾਮ ਹੈ ਤੁਹਾਡਾ? ਵਿਸ਼ਵਜੀਤ ਸਿੰਘ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਸੈਕਿੰਡ। ਕਿਹੜੇ ਸਕੂਲ ਵਿੱਚ? ਸੈਂਟ ਜੂਡਸ ਕਨਵੈਂਟ ਸਕੂਲ ਮਹਿਤਪੁਰ। ਤੁਹਾਨੂੰ ਪਤਾ ਤੁਹਾਡਾ ਵੀਜ਼ਾ ਲੱਗ ਗਿਆ ਹੋਇਆ? ਹਾਂਜੀ। ਕਿਹੜੀ ਕੰਟਰੀ ਦਾ ਲੱਗਿਆ? ਕੈਨੇਡਾ। ਕਿਨਾਂ ਤੋਂ ਲੱਗਿਆ ਵੀਜ਼ਾ, ਕਿਨਾਂ ਤੋਂ ਫਾਈਲਿੰਗ ਕਰਵਾਈ ਸੀ ਤੁਸੀਂ? ਕਿੰਗਡਮ ਕਨਸਲਟੈਂਟ ਤੋਂ ਕਰਾਈ ਸੀਗੀ। ਹੁਣ ਤੁਸੀਂ ਕੈਨੇਡਾ ਚਲੇ ਜਾਣਾ ਫਿਰ? ਹਾਂਜੀ। ਆਪਣੇ ਫਰੈਂਡਸ ਨੂੰ ਕੀ ਕਹੋਗੇ ਜਿਹੜੇ ਫਰੈਂਡਸ ਨਾਲ ਖੇਡਦੇ ਹੁੰਦੇ ਸੀਗੇ ਉਰੇ? ਉਹ ਮਿਸ ਨਹੀਂ ਕਰਨਗੇ ਤੁਹਾਨੂੰ? ਕਰਨਗੇ। ਫਿਰ ਜੇ ਉਹਨਾਂ ਨੇ ਵੀ ਵੀਜ਼ਾ ਲਗਵਾਉਣਾ ਹੋਇਆ ਉਹਨਾਂ ਨੂੰ ਕੀ ਕਹੋਗੇ ਵੀ ਕਿੱਥੋਂ ਵੀਜ਼ਾ ਲਗਵਾਇਓ? ਕਿੰਗਡਮ ਕਨਸਲਟੈਂਟ ਤੋਂ ਲਗਵਾਇਆ। ਮੰਮਾ ਵੀ ਜਾ ਰਹੇ ਨਾਲ ਤੁਹਾਡੇ? ਹਾਂਜੀ। ਤਾਂ ਇੱਕ ਹੋਰ ਫੈਮਿਲੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰ ਲੈਂਦੇ ਹਾਂ ਉਹਨਾਂ ਤੋਂ ਹੀ, ਜਾਣਦੇ ਹਾਂ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਦਾ ਵੀਜ਼ਾ ਆਇਆ ਅਤੇ ਕਿੰਨੇ ਕੁ ਪੈਸੇ ਲੱਗੇ ਨੇ। ਬਾਈ ਜੀ ਸਵਾਗਤ ਹੈ ਡੀ5 ਚੈਨਲ 'ਤੇ। ਥੈਂਕ ਯੂ ਜੀ। ਕਿੱਥੋਂ ਆਏ ਹੋ ਬਾਈ ਜੀ ਤੁਸੀਂ? ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਜੀ। ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਹਾਡੀ ਪੂਰੀ ਫੈਮਿਲੀ ਦਾ ਵੀਜ਼ਾ। ਮੁਬਾਰਕਾਂ ਜੀ, ਬਹੁਤ ਬਹੁਤ। ਅਤੇ ਕਿੰਨੇ ਕੁ ਪੈਸਿਆਂ ਦੇ ਵਿੱਚ ਵੀਜ਼ਾ ਲਗਵਾ ਕੇ ਦਿੱਤਾ ਕਿੰਗਡਮ ਕੰਸਲਟੈਂਟ ਨੇ? ਇਹ ਸਾਡਾ 3 to 3.5 ਦੇ ਵਿੱਚ ਖਰਚਾ ਲੱਗ ਗਿਆ ਜੀ, ਅਤੇ 2 to 2.5 ਮਹੀਨੇ ਇਹਨਾਂ ਦਾ ਪ੍ਰੋਸੈਸ ਟਾਈਮ ਸੀਗਾ, ਅਤੇ ਉਹਦੇ ਵਿੱਚ ਵਿੱਚ ਸਾਨੂੰ ਇਹਨਾਂ ਨੇ ਵੀਜ਼ਾ ਲਿਆ ਕੇ ਦੇ ਦਿੱਤਾ। 3 to 3.5 ਲੱਖ ਸਿਰਫ ਬੱਚੇ ਦਾ ਲੱਗਿਆ, ਇਕੱਲੇ ਦਾ ਜਾਂ ਕਿਵੇਂ? ਨਹੀਂ, ਸਾਡੇ ਤਿੰਨਾਂ ਦਾ ਹੀ ਲੱਗਿਆ ਜੀ। ਅੱਛਾ, ਤੁਹਾਡੇ ਤਿੰਨਾਂ ਦਾ ਵੀਜ਼ਾ ਹੀ 3.5 ਲੱਖ 'ਚ ਲਗਵਾ? ਹਾਂਜੀ ਹਾਂਜੀ ਹਾਂਜੀ, ਤਿੰਨਾਂ ਦੇ ਇਕੱਠੇ। ਕਿੰਨੀ ਕੁ ਖੁਸ਼ੀ ਆ ਅੱਜ ਮਨ ਦੇ ਵਿੱਚ? ਬਹੁਤ ਖੁਸ਼ੀ ਆ ਜੀ। ਇਹ ਤਾਂ ਹਰ ਇੱਕ ਦਾ ਸੁਪਨਾ ਹੁੰਦਾ ਜੀ ਕੈਨੇਡਾ ਜਾਣਾ। ਚਲੋ ਅਸੀਂ ਇਕੱਲੇ ਤਾਂ ਨਹੀਂ ਜਾ ਸਕੇ, ਬੱਚੇ ਦੇ ਨਾਲ ਚੱਲੇ ਹਾਂ, ਇੰਨਾ ਹੀ ਬਹੁਤ ਆ ਜੀ ਮਨ ਦੇ ਵਿੱਚ, ਖੁਸ਼ੀ ਆ ਬਹੁਤ। ਅਤੇ ਪਹਿਲਾਂ ਵੀ ਫਾਈਲਿੰਗ ਕਿਸੇ ਤੋਂ ਲਗਵਾਈ ਸੀ? ਕੋਈ ਰਿਫਿਊਜ਼ਲ ਵਗੈਰਾ ਵੀ ਲੱਗੀ ਹੋਈ ਆ ਪਹਿਲਾਂ? ਨਹੀਂ, ਪਹਿਲਾਂ ਨਹੀਂ ਕਿਤੇ ਲਵਾਈ, ਪਹਿਲੀ ਵਾਰੀ ਇਹਨਾਂ ਕੋਲ। ਫਰੈਸ਼ ਪਾਸਪੋਰਟ ਸੀ? ਹਾਂਜੀ ਹਾਂਜੀ, ਫਰੈਸ਼ ਪਾਸਪੋਰਟ। ਅਤੇ ਪਹਿਲੀ ਵਾਰੀ ਚਲੋ ਆਏ ਹਾਂ, ਪਰਮਾਤਮਾ ਨੇ ਸੁਣੀ ਆ ਸਾਡੀ, ਚਲੋ
ਕੈਨੇਡਾ ਸਾਡੇ ਵੀਜ਼ੇ ਸਾਡੇ ਕੋਲ ਨੇ ਜੀ। ਅਤੇ ਪਤਾ ਕਿਵੇਂ ਲੱਗਿਆ ਸੀਗਾ ਇਹਨਾਂ ਦੇ ਬਾਰੇ, ਕਿੰਗਡਮ ਕੰਸਲਟੈਂਟ ਬਾਰੇ? ਇਹਨਾਂ ਦੇ ਅਸੀਂ ਇੱਦਾਂ ਹੀ ਐਡ ਤੋਂ ਦੇਖਿਆ ਸੀਗਾ ਜੀ, ਅਤੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਹਰ ਜਗ੍ਹਾ 'ਤੇ ਤੁਹਾਨੂੰ ਪਤਾ ਫਰੋਡ ਚੱਲ ਰਹੇ ਨੇ, ਅਤੇ ਮਿਸੇ ਨੇ ਦੇਖਿਆ ਕਿ ਚਲੋ ਚੱਲਦੇ ਹਾਂ ਆਪਾਂ ਇੱਕ ਵਾਰੀ ਜਾ ਕੇ ਆਉਂਦੇ ਹਾਂ। ਸਾਨੂੰ ਮੈਡਮ ਅੱਗੋਂ ਮਿਲੇ ਨੇ, ਉਹਨਾਂ ਨੇ ਵਧੀਆ ਸਾਨੂੰ ਡੀਲਿੰਗ ਕੀਤੀ ਆ, ਅਤੇ ਕੋਆਪਰੇਟ ਵੀ ਕੀਤਾ ਆ, ਹਰ ਚੀਜ਼ ਮਤਲਬ ਕਿ ਸਹੀ ਤਰੀਕੇ ਨਾਲ ਚੱਲੀ ਹੈ। ਹਾਂਜੀ, ਉਹਦੇ ਬੱਚਾ ਕਿਹੜੀ ਕਲਾਸ 'ਚ ਪੜ੍ਹਦਾ ਉਰੇ ਤੁਹਾਡਾ? ਬੱਚਾ ਜੀ UKG 'ਚ ਪੜ੍ਹਦਾ ਜੀ। UKG 'ਚ ਪੜ੍ਹਦਾ? ਹਾਂਜੀ ਹਾਂਜੀ। ਅਤੇ ਚਲੋ ਹੁਣ ਅੱਗੇ ਦੇਖਦੇ ਹਾਂ ਜੀ ਅੱਗੇ। ਅਤੇ ਮੈਮ ਕਿੰਨੀ ਕੁ ਖੁਸ਼ੀ ਅੱਜ ਮਨ ਦੇ ਵਿੱਚ, ਸੋਚਿਆ ਸੀਗਾ ਜਦੋਂ ਪਤਾ ਲੱਗਿਆ ਕਿ ਵੀਜ਼ਾ ਲੱਗ ਗਿਆ? ਨਹੀਂ, ਪਰ ਖੁਸ਼ੀ ਬਹੁਤ ਹੈ। ਫਸਟ ਰਿਐਕਸ਼ਨ ਕੀ ਸੀ ਜਦੋਂ ਇਹਨਾਂ ਦੀ ਕੋਲ ਆਈ ਕਿ ਵੀਜ਼ਾ ਲੱਗ ਗਿਆ ਤੁਹਾਡਾ ਕੈਨੇਡਾ ਦਾ? ਵਿਸ਼ਵਾਸ ਹੋ ਗਿਆ ਸੀ ਕਿ ਨਹੀਂ ਇਹਨਾਂ ਦੇ? ਵਿਸ਼ਵਾਸ ਤਾਂ ਹੋ ਗਿਆ ਕਿਤੇ ਕਿਤੇ, ਇਹ ਵੀ ਕਿ ਨਹੀਂ ਇਤਨਾ ਨਹੀਂ ਹੋਇਆ, ਬਟ ਕੀਤਾ ਵਿਸ਼ਵਾਸ ਠੀਕ ਸੀ, ਕਿਉਂਕਿ ਜਦੋਂ ਮੈਂ ਇਹਨਾਂ ਦੀ ਐਡ ਹੀ ਦੇਖੀ ਤਾਂ ਮੈਨੂੰ ਉਦੋਂ ਤੋਂ ਹੀ ਇਹਨਾਂ ਦਾ ਵਿਸ਼ਵਾਸ ਹੈ ਕਿ ਸਹੀ ਕੌਂਸਲ ਕਰ ਰਹੇ ਆ, ਕਿਤੇ ਗਲਤ ਨਹੀਂ ਸਾਨੂੰ ਦੱਸ ਰਹੇ। ਅਵਨੀਤ ਮੈਮ ਨੇ ਸਾਨੂੰ ਕੌਂਸਲਿੰਗ ਬਹੁਤ ਅੱਛੀ ਕੀਤੀ ਹੈ, ਫੋਨ 'ਤੇ ਵੀ ਇੱਥੇ ਆ ਕੇ ਵੀ। ਅਕਸਰ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਨਾ ਇਮੀਗ੍ਰੇਸ਼ਨ 'ਚ ਫਰੋਡ ਬਹੁਤ ਹੁੰਦਾ, ਸੋਸ਼ਲ ਮੀਡੀਆ 'ਤੇ ਕੁਛ ਹੋਰ ਹੁੰਦਾ, ਰੀਅਲ ਦੇ ਵਿੱਚ ਕੁਛ ਹੋਰ ਹੁੰਦਾ, ਜਦੋਂ ਤੁਸੀਂ ਫੇਸਬੁੱਕ ਤੋਂ ਦੇਖ ਕੇ ਇਹਨਾਂ ਦੇ ਕੋਲ ਰੀਅਲ ਦੇ ਵਿੱਚ ਆਏ ਤਾਂ ਕਿੰਨਾ ਕੁ ਫਰਕ ਲੱਗਿਆ? ਮੈਨੂੰ ਫਰਕ ਨਹੀਂ ਕੁਛ ਲੱਗਾ ਹੈਗਾ, ਕਿਉਂਕਿ ਫੇਸਬੁੱਕ 'ਤੇ ਤਾਂ ਹੁੰਦਾ ਵੀ ਮਤਲਬ ਉਹ ਨਹੀਂ ਹੁੰਦਾ ਜੋ ਅਸੀਂ ਦੇਖ ਕੇ ਆਉਂਦੇ ਹਾਂ, ਬਟ ਇਹਨਾਂ ਦਾ ਸੇਮ ਸੀ, ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਫਰੋਡ ਵਾਲੀ। ਕੌਂਸਲਿੰਗ ਵੀ ਸਾਡੀ ਅੱਛੀ ਕੀ ਹੈ ਕਿ ਸਾਨੂੰ ਸਮਝ ਲੱਗ ਗਈ ਹੈ ਕਿ ਨਹੀਂ ਇਸ ਤਰ੍ਹਾਂ ਕਿਹਦੇ ਨਾਲ ਹੀ ਅਸੀਂ ਚੱਲਣਾ ਹੈਗੇ। ਅਤੇ ਬਸ ਅਕਸਰ ਬਾਈ ਜੀ ਆਪਾਂ ਦੇਖਦੇ ਹਾਂ ਕਿ 3-3.5 ਲੱਖ ਦੇ ਵਿੱਚ ਟਿਕਟਾਂ ਵੀ ਨਹੀਂ ਆਉਂਦੀਆਂ ਹੈਗੀਆਂ ਕੱਲੀਆਂ। ਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਅੱਜ ਕੱਲ੍ਹ ਤਾਂ ਵੈਸੇ ਹੀ ਮੇਰੇ ਖਿਆਲ ਇੱਕ 80 ਦੇ ਲਾਗੇ ਪਾਸੇ 2 ਲੱਖ ਦੀ ਟਿਕਟ ਹੋ ਰਹੀ ਆ, ਅਤੇ ਇੰਨੇ 'ਚ ਸਾਡੇ ਵੀਜ਼ੇ ਆ ਰਹੇ ਨੇ, ਬਹੁਤ ਫਰਕ ਆ ਜੀ। ਅਤੇ ਖੁਸ਼ੀ ਵੀ ਆ ਕਿ ਚਲੋ ਸਾਡਾ ਇੰਨੇ 'ਚ ਸਾਡਾ ਬਣ ਗਿਆ, ਨਹੀਂ ਤਾਂ ਲੋਕ 20-20 ਲੱਖ 25-25 ਲੱਖ ਚੱਕੀ ਕਰਦੇ ਨੇ, ਨਹੀਂ ਵੀ ਆਉਂਦੇ ਤਾਂ ਵੀ ਨਹੀਂ ਆਉਂਦੇ। ਅਤੇ ਚਲੋ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਘੱਟ ਪੈਸਿਆਂ 'ਚ ਵੀ ਆ ਗਿਆ ਵੀਜ਼ਾ। ਹਾਂਜੀ ਆਰਤੀ ਜੀ, ਕਿਵੇਂ ਜਦੋਂ ਇਹਨਾਂ ਨੂੰ ਦੱਸਿਆ ਸੀਗਾ ਫਸਟ ਟਾਈਮ ਕਿ ਤੁਹਾਡਾ ਵੀਜ਼ਾ ਆ ਗਿਆ, ਇਹਨਾਂ ਦੇ ਰਿਐਕਸ਼ਨ ਕਿਵੇਂ ਦੇ ਸੀਗੇ ਫੇਸ ਦੇ ਉੱਤੇ ਜਦੋਂ ਤੁਸੀਂ ਗੱਲ ਕੀਤੀ ਇਹਨਾਂ ਨੂੰ ਦੱਸਿਆ, ਜਾਂ ਅੱਜ ਆਫਿਸ ਦੇ ਵਿੱਚ ਤੁਹਾਡੇ ਪਹੁੰਚੇ ਇਹ ਜਦੋਂ? ਅੱਜ ਇਹਨਾਂ ਨੂੰ ਜਦੋਂ ਬੁਲਾਇਆ ਆਪਾਂ ਫੋਨ ਕੀਤਾ ਸੀਗਾ ਉਸ ਟਾਈਮ, ਕਾਲਿੰਗ ਤਾਂ ਚਲੋ ਇਹਨਾਂ ਨੂੰ ਆਪਾਂ ਪਹਿਲਾਂ ਹੀ ਕਰ ਦਿੱਤੀ ਹੋਈ ਸੀ, ਸਭ ਤੋਂ ਪਹਿਲਾਂ ਇਹਨਾਂ ਨੂੰ ਮੇਰੀ ਕਾਲ ਆਈ ਕਿ ਮੈਮ ਸਾਨੂੰ ਵੀਜ਼ਾ, ਸਾਡਾ ਵੀਜ਼ਾ ਸੱਚੀ ਲੱਗ ਗਿਆ? ਅਤੇ ਮੈਂ ਕਿਹਾ ਹਾਂਜੀ ਮੈਮ ਸੱਚੀ ਲੱਗ ਗਿਆ, ਤੁਸੀਂ ਆਫਿਸ ਆਉਣਾ 9 ਤਰੀਕ ਨੂੰ। ਅਤੇ ਫਿਰ ਜਦੋਂ ਆਏ ਅਤੇ ਬੈਠੇ ਇਹਨਾਂ ਨੂੰ ਕਹਿੰਦੇ ਮੈਮ ਸਾਨੂੰ ਪਾਣੀ ਪੂਣੀ ਪਿਲਾਓ, ਅਤੇ ਦੈਨ ਬਹੁਤ ਹੁੰਦੇ ਹੀ ਹੈ ਕਿ ਸਾਰੇ ਪੇਰੈਂਟਸ ਨੂੰ ਖੁਸ਼ੀ ਹੁੰਦੀ ਕਿ ਅਸੀਂ ਆਪਣੇ ਬੱਚੇ ਦੇ ਨਾਲ ਜਾ ਰਹੇ ਹਾਂ, ਕਿਉਂਕਿ ਇਕੱਲੇ ਪੇਰੈਂਟਸ ਅਗਰ ਚਲੇ ਵੀ ਜਾਂਦੇ ਉਹਨਾਂ ਨੂੰ ਵੀ ਹੁੰਦਾ ਕਿ ਯਾਰ ਨਹੀਂ ਸਾਡਾ ਬੱਚਾ ਉੱਥੇ ਰਹਿ ਗਿਆ ਹੈ ਨਾ, ਇਸ ਕਰਕੇ ਇਹਨਾਂ ਨੂੰ ਬੱਚੇ ਦੇ ਨਾਲ ਜਾ ਰਹੇ ਨੇ ਇਹ ਸਭ ਤੋਂ ਵੱਡੀ ਚੀਜ਼ ਹੈ, ਅਤੇ ਬੱਚਾ ਉੱਥੇ ਸਟੱਡੀ ਕਰਨ ਜਾ ਰਿਹਾ, ਪੇਰੈਂਟਸ ਵਰਕ ਪਰਮਿਟ 'ਤੇ ਜਾ ਰਹੇ ਨੇ, ਇਹ ਸਭ ਤੋਂ ਵੱਡੀ ਚੀਜ਼ ਹੈ ਜੀ। ਲਾਸਟ ਦੇ ਵਿੱਚ ਬਾਈ ਜੀ ਕੀ ਸੁਨੇਹਾ ਦਿਓਗੇ ਉਹਨਾਂ ਲੋਕਾਂ ਨੂੰ ਜਿਹੜੇ ਹਜੇ ਵੀ ਕਈ ਅਜਿਹੇ ਇਮੀਗ੍ਰੇਸ਼ਨਾਂ ਦੇ ਕੋਲ ਚਲੇ ਜਾਂਦੇ ਨੇ ਜਿਹੜੇ ਫਰੋਡ ਕਰਦੇ ਨੇ, ਜਾਂ ਇਹਨਾਂ ਦੇ ਉੱਤੇ ਭਰੋਸਾ ਕਿਵੇਂ ਕਰਨਾ? ਦੇਖੋ ਜੀ, ਭਰੋਸਾ ਤਾਂ ਜੇਕਰ ਅਸੀਂ ਕਰਾਂਗੇ ਤਾਂ ਫਿਰ ਹੀ ਥੋੜ੍ਹਾ ਕਾਮਯਾਬ ਹੋਵਾਂਗੇ, ਜੇਕਰ ਅਸੀਂ ਕਹਾਂਗੇ ਨਹੀਂ ਉਹ ਗਲਤ ਆ ਉਹ ਗਲਤ, ਘਰ ਬੈਠਿਆਂ ਤਾਂ ਵੀਜ਼ਾ ਮਿਲਣਾ ਨਹੀਂ, ਇਹ ਤਾਂ ਟਰੱਸਟ ਕਰਕੇ ਹੀ ਆਉਣਾ ਪੈਣਾ ਜੀ। ਹਾਂਜੀ, ਸਾਨੂੰ ਇਹਨਾਂ 'ਤੇ ਸਾਨੂੰ ਟਰੱਸਟ ਸੀਗਾ ਅਤੇ ਚਲੋ ਇਹਨਾਂ ਨੇ ਸਾਡਾ ਵੀਜ਼ਾ ਲਿਆ ਤਾ। ਮੈਂ ਤਾਂ ਇਹੀ ਕਹਾਂਗਾ ਕਿ ਹਰ ਕੋਈ ਚਲੋ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਇਹਨਾਂ ਕੋਲ ਆ ਕੇ ਇਹਨਾਂ ਕੋਲ ਸਮਝਣ, ਕੌਂਸਲਿੰਗ ਲੈਣ, ਅਤੇ ਫਿਰ ਪਤਾ ਲੱਗੇਗਾ ਕਿ ਹਾਂਜੀ ਕਿ ਠੀਕ ਹੈ ਜਾਂ ਗਲਤ। ਕਿੰਨੀ ਕੁ ਖੁਸ਼ੀ ਹੈ ਅੱਜ ਤੁਹਾਡੇ ਪਰਿਵਾਰ ਦਾ, ਤੁਹਾਡੇ ਬੱਚੇ ਦਾ, ਪੋਤੇ ਦਾ, ਬੇਟੇ ਦਾ ਅਤੇ ਨੂੰਹ ਦਾ ਵੀਜ਼ਾ ਆ ਗਿਆ ਕੈਨੇਡਾ? ਬਹੁਤ ਖੁਸ਼ੀ ਆ, ਅਤੇ ਯਕੀਨ ਨਹੀਂ ਸੀ ਹੋ ਰਿਹਾ ਪਰ ਹੁਣ ਯਕੀਨ ਹੋ ਗਿਆ ਇਹਨਾਂ ਕੋਲ ਆ ਕੇ। ਅਤੇ ਕਿੰਗਡਮ ਵਾਲਿਆਂ ਦਾ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਅੱਛੀ ਤਰ੍ਹਾਂ ਕੌਂਸਲਿੰਗ ਕੀਤੀ ਹੈ, ਬਹੁਤ ਅੱਛੀ ਤਰ੍ਹਾਂ ਸਮਝਾਇਆ ਔਰ ਵੀਜ਼ਾ ਵੀ ਆਇਆ। ਸੋਚਿਆ ਸੀਗਾ ਇੰਨੀ ਜਲਦੀ ਵੀਜ਼ਾ ਲਗਵਾ ਦੇਣਗੇ? ਨਹੀਂ ਨਹੀਂ, ਇਹਨੇ ਸੋਚਿਆ ਨਹੀਂ ਸੀਗਾ, ਪਰ ਬਹੁਤ ਜਲਦੀ ਲੱਗ ਗਿਆ, ਵੱਧ ਤੋਂ ਵੱਧ 2-2.5 ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਵੀਜ਼ਾ ਜਿਹੜਾ ਆ ਗਿਆ। ਸਾਨੂੰ ਬਹੁਤ ਖੁਸ਼ੀ ਹੈ ਉਹਨਾਂ ਦੇ ਪਰਿਵਾਰ ਦੀ ਵੀ, ਚਲੋ ਸਾਰੇ ਪਰਿਵਾਰ ਇਕੱਠਾ ਜਾਏਗਾ, ਬਹੁਤ ਖੁਸ਼ੀ ਆ, ਬਹੁਤ ਧੰਨਵਾਦੀ ਵੀ ਇਹਨਾਂ ਦੇ ਕਿੰਗਡਮ ਵਾਲਿਆਂ ਦੇ।
ਅਤੇ ਲੋਕਾਂ ਨੂੰ ਅਪੀਲ ਵੀ ਕਰਦੇ ਵੀ ਆਓ ਇੱਥੇ ਇੱਥੇ ਆ ਕੇ ਵੇਖੋ, ਕੌਂਸਲਿੰਗ ਲਓ। ਆਰਤੀ ਮੈਡਮ ਬਹੁਤ ਅੱਛੀ ਤਰ੍ਹਾਂ ਸਮਝਾਉਂਦੇ ਨੇ, ਇਹਨਾਂ ਦੀ ਕੌਂਸਲਿੰਗ ਜਿਹੜੀ ਬਹੁਤ ਅੱਛੀ ਆ। ਜਿਸ ਤਰ੍ਹਾਂ ਇਹਨਾਂ ਦੇ ਆਪਣਾ ਐਡ ਆ ਰਹੀ ਸੀ ਉਸੇ ਤਰ੍ਹਾਂ ਹੀ ਇੱਥੇ ਆ ਕੇ ਸਾਨੂੰ ਉੱਦਾਂ ਹੀ ਸੇਮ ਹੀ ਮਿਲੀ ਆ। ਕੋਈ ਇਹਨਾਂ ਵਿੱਚ ਮਤਲਬ ਚੋਰ ਵਿਚਾਰੀ ਵਾਲੀ ਕੋਈ ਗੱਲ ਨਹੀਂ ਹੈਗੀ, ਔਰ ਵਧੀਆ ਕੌਂਸਲਿੰਗ ਕਰਦੇ ਆ। ਔਰ ਮਿਲੋ ਆ ਕੇ, ਅਸੀਂ ਜਿਹੜੇ ਨਹੀਂ ਜਾ ਸਕੇ ਉਹਨਾਂ ਨੂੰ ਵੀ ਕਹਿੰਦੇ ਵੀ ਇੱਥੇ ਆਓ ਔਰ ਆ ਕੇ ਇਹਨਾਂ ਨਾਲ ਕੌਂਸਲਿੰਗ ਕਰੋ ਅਤੇ ਆਪਣਾ ਬਾਹਰ ਜਾਣ ਦਾ ਸੁਪਨਾ ਸਵੀਕਾਰ ਕਰੋ। ਤਾਂ ਬਿਲਕੁਲ, ਜੇ ਤੁਸੀਂ ਵੀ ਬਾਹਰ ਜਾਣ ਦਾ ਸੁਪਨਾ ਸੋਚਿਆ ਹੋਇਆ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ, ਥੱਕ ਚੁੱਕੇ ਹੋ ਏਜੰਟਾਂ ਦੇ ਧੱਕੇ ਖਾ ਖਾ ਕੇ, ਅਜਿਹੇ ਏਜੰਟਾਂ ਦੇ ਧੱਕੇ ਚੜ ਚੁੱਕੇ ਹੋ ਜਿਹੜੇ ਵੀਜ਼ੇ ਨਹੀਂ ਲਗਵਾ ਰਹੇ, ਤਾਂ ਇੱਕ ਵਾਰ ਤੁਸੀਂ ਵੀ ਕਿੰਗਡੋਮ ਕੰਸਲਟੈਂਟ ਜਲੰਧਰ ਵਾਲਿਆਂ ਦੇ ਕੋਲ ਆ ਸਕਦੇ ਹੋ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹ ਉਹ ਦਾਅਵਾ ਕਰਦੇ ਨੇ ਕਿ ਅਸੀਂ ਛੋਟੇ ਬੱਚੇ ਦਾ ਵੀਜ਼ਾ ਲਗਵਾ ਕੇ ਦਿੰਦੇ ਹਾਂ, ਮਾਈਨਰ ਵੀਜ਼ਾ, ਅਤੇ ਬੱਚੇ ਦੇ ਨਾਲ ਨਾਲ ਫੈਮਿਲੀ ਦਾ ਵੀਜ਼ਾ ਵੀ ਲਗਵਾ ਕੇ ਦਿੰਦੇ ਹਾਂ, ਬੱਚੇ ਦੇ ਮਾਤਾ ਪਿਤਾ ਦਾ। ਲੋਕਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਈ, ਉਹਨਾਂ ਨੇ ਫੈਮਿਲੀਜ਼ ਨੇ ਵੀ ਦੱਸਿਆ ਕਿ ਕਿਸੇ ਨੇ ਦੱਸਿਆ ਕਿ 3-3.5 ਲੱਖ ਦੇ ਵਿੱਚ ਸਾਡਾ ਵੀਜ਼ਾ ਬੱਚੇ ਦਾ ਅਤੇ ਪੂਰੀ ਫੈਮਿਲੀ ਦਾ ਨਾਲ ਮਦਰ ਫਾਦਰ ਦਾ ਕਿੰਗਡੋਮ ਕੰਸਲਟੈਂਟ ਨੇ ਲਗਵਾ ਕੇ ਦਿੱਤਾ। ਤਾਂ ਤੁਸੀਂ ਵੀ ਦੇਰ ਕਿਉਂ ਕਰ ਰਹੇ ਹੋ ਜੇ ਆਪਣਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ? ਇੱਕ ਵਾਰ ਇਹਨਾਂ ਦੇ ਕੋਲ ਆ ਕੇ ਤੁਸੀਂ ਕਾਉਂਸਲਿੰਗ ਕਰ ਸਕਦੇ ਹੋ, ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸਕਰੀਨ ਦੇ ਉੱਤੇ ਵਾਰ ਵਾਰ ਇਹਨਾਂ ਦੇ ਨੰਬਰ ਨੇ ਜਿਹੜੇ ਉਹ ਫਲੈਸ਼ ਹੋ ਰਹੇ ਨੇ, ਗੱਲਬਾਤ ਕਰ ਸਕਦੇ ਹੋ ਫੋਨ ਦੇ ਉੱਤੇ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ।